ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਰੀਡਰ 7A 2019 ਐਡੀਸ਼ਨ ਲੈਸਨ 3 ਵਿੱਚ ਜੀ ਆਇਆਂ ਨੂੰ ਅੱਜ ਵਾਲਾ ਲੈਸਨ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਲੈਸਨ ਹੋਏਗਾ ਅਧਿਆਏ ਵਿੱਚ ਤੁਸੀਂ ਇੱਕ ਬਹੁਤ ਇੰਪੋਰਟੈਂਟ ਟਾਪਿਕ ਤੇ ਗੱਲਬਾਤ ਕਰੋਗੇ ਜੇ ਡਾ ਕੇ ਸਾਡੀ ਸਾਰਿਆਂ ਦੀ ਜ਼ਿੰਦਗੀ ਵਿੱਚ ਹੁੰਦਾ ਭਾਵੇਂ ਅਸੀਂ ਵੱਡੇ ਹੋਈਏ ਭਾਵੇਂ ਅਸੀਂ ਛੋਟੇ ਹੋਈਏ ਸਾਨੂੰ ਸਭ ਨੂੰ ਕਈ ਵਾਰੀ ਇਹਦਾ ਸਾਹਮਣਾ ਕਰਨਾ ਪਿਆ So, this topic is bullying. Bullying a big problem. is a thin standard. You can read short passages and answer comprehension questions. Can you do that in Punjabi? Then, students demonstrate understanding of the general meaning and some details of the text. So, we will read something, and then, can you understand those details? And what can you do? Students can describe ideas, phenomena, and text elements using key details. So you when you answer questions at the end, those are the standards you will be meeting. Theak? So let's go ahead and read together. Bullying ban hai. Santali bullying Start ਬੁੱਲਿੰਗ ਦਾ ਸ਼ਿਕਾਰ ਹੁੰਦੇ ਹਨ ਸਿੱਖ ਬੱਚਿਆਂ ਨੂੰ ਬਹੁਤ ਗੰਦੇ ਨਾਵਾਂ ਨਾਲ ਬੁਲਾਇਆ ਜਾਂਦਾ ਹੈ ਡਾਈਪਰ ਹੈਡ ਟਾਵਲ ਹੈਡ ਰੈਗ ਹੈਡ ਪਾਕੀ ਗਾਂਦੀ ਹੋਰ ਵੀ ਤੁਹਾਨੂੰ ਮਨਾ ਪਤਾ ਹੋਣਗੇ ਰਾਈਟ ਜਿਹੜੇ ਬੱਚੇ ਬੁਲਾਉਂਦੇ ਆਂ ਤੱਕੜ ਦੇਰ ਬੁਲੀਸ ਸਿੱਖ ਬੱਚਿਆਂ ਦਾ ਜੂੜਾ ਪੁੱਟ ਦਿੰਦੇ ਹਨ ਉਹਨਾਂ ਨੂੰ ੱੱਕੇ ਮਾਰਦੇ ਹਨ ਉਹਨਾਂ ਦਾ ਲੰਚ ਖੋ ਲੈਂਦੇ ਹਨ ਉਨਾਂ ਨੂੰ ਬਾਥਰੂਮ ਵਿੱਚ ਤੰਗ ਕਰਦੇ ਹਨ ਸਕੂਲ ਆਉਂਦੇ ਜਾਂਦੇ ਤੰਗ ਕਰਦੇ ਹਨ ਇਸ ਵਤੀਰੇ ਨਾਲ ਸਿੱਖ ਬੱਚੇ ਬਹੁਤ ਉਦਾਸ ਹੋ ਜਾਂਦੇ ਹਨ ਕਈਆਂ ਨੂੰ ਗੁੱਸਾ ਬਹੁਤ ਆਣ ਲੱਗ ਜਾਂਦਾ ਹੈ ਕਈ ਡਿਪਰੈਸ਼ਨ ਵਿੱਚ ਚਲੇ ਜਾਂਦੇ ਹਨ ਸੋ ਡੂ ਯੂ ਨੋ ਐਨੀਬਾਡੀ ਹੂ ਹੈਸ ਗਨ ਥਰੂ ਥੀਸ ਪ੍ਰੋਬਲਮਸ ਯਾ ਪ੍ਰੋਬਬਲੀ ਯੂ ਹੈਵ ਆਈ ਨੋ ਮਾਈ ਸਨ ਡਿਡ ਪਰ ਬੁੱਲਿੰਗ ਸਿਰਫ ਸਿੱਖ ਬੱਚਿਆਂ ਨਾਲ ਹੀ ਨਹੀਂ ਹੁੰਦਾ ਦੂਸਰੇ ਬੱਚਿਆਂ ਨਾਲ ਵੀ ਹੁੰਦਾ ਹੈ ਇਸ ਦਾ ਕਾਰਨ ਸਿਰਫ ਲੰਮੇ ਵਾਲ ਹੀ ਨਹੀਂ ਹੁੰਦੇ ਹਰ ਤਰ੍ਹਾਂ ਦੇ ਲੋਕ ਬੁੱਲਿੰਗ ਤੋਂ ਤੰਗ ਹਨ ਬੁੱਲਿੰਗ ਦੇ ਸ਼ਿਕਾਰ ਗੋਰੇ ਅਤੇ ਕਾਲੇ ਬੱਚੇ ਵੀ ਹੁੰਦੇ ਹਨ ਮੈਕਸੀਕਨ ਅਤੇ ਅਫਰੀਕਨ ਬੱਚੇ ਵੀ ਹੁੰਦੇ ਹਨ ਮੋٹے ਬੱਚੇ ਵੀ ਅਤੇ ਪਤਲੇ ਬੱਚੇ ਵੀ ਕੁੜੀਆਂ ਵੀ ਅਤੇ ਮੁੰਡੇ ਵੀ ਹਿੰਦੂ ਵੀ ਮੁਸਲਮਾਨ ਵੀ ਅਤੇ 크੍ਰਿਸਚੀਅਨ ਵੀ ਸਭ ਬੱਚੇ ਤੰਗ ਹੁੰਦੇ ਨੇ ਆਮ ਕਰਕੇ ਬੁੱਲੀ ਇਸ ਲਈ ਤੰਗ ਨਹੀਂ ਕਰਦੇ ਕਿਉਂਕਿ ਦੂਸਰਾ ਬੱਚਾ ਉਹਨਾਂ ਵਰਗਾ ਨਹੀਂ ਉਹਨਾਂ ਤੋਂ ਵੱਖਰਾ ਹੈ ਉਸਦੇ ਵਾਲ ਹਨ ਉਸਦਾ ਜੂڑا ਹੈ ਉਸਦਾ ਰੰਗ ਪੂਰਾ ਹੈ ਜਾਂ ਕਾਲਾ ਹੈ ਬਲਕਿ ਰਾਦਰ ਉਹ ਇਸ ਲਈ ਤੰਗ ਕਰਦੇ ਹਨ ਕਿਉਂਕਿ ਉਹਨਾਂ ਦੀ ਆਪਣੀ ਜ਼ਿੰਦਗੀ ਵਿੱਚ ਕੁਝ ਵੀ ਠੀਕ ਨਹੀਂ ਹੋ ਰਿਹਾ ਹੁੰਦਾ ਉਨ੍ਹਾਂ ਦੇ ਘਰ ਪਰਿਵਾਰ ਵਿੱਚ ਖੁਸ਼ੀ ਨਹੀਂ ਹੁੰਦੀ। ਮਾਂ-ਬਾਪ ਦਾ ਤਲਾਕ ਹੋ ਜਾਂਦਾ ਹੈ। ਜਾਂ ਘਰ ਦੇ ਸ਼ਰਾਬ ਪੀਂਦੇ ਹਨ ਅਤੇ ਆਪਸ ਵਿੱਚ ਲੜਦੇ ਰਹਿੰਦੇ ਹਨ। ਇਨ੍ਹਾਂ ਬੱਚਿਆਂ ਦੇ ਕੋਲ ਇਸ ਮੁਸ਼ਕਲ ਦਾ ਕੋਈ ਹੱਲ ਨਹੀਂ ਹੁੰਦਾ। ਉਹਨਾਂ ਦੇ ਮਨ ਦੁਖੇ ਹੋਏ ਹੁੰਦੇ ਹਨ। ਉਹਨਾਂ ਨੂੰ ਸਮਝ ਨਹੀਂ ਹੁੰਦੀ ਕਿ ਉਹ ਆਪਣੀ ਜ਼ਿੰਦਗੀ ਐ ਮੁਕ ਦੀਆਂ ਮੁਸ਼ਕਲਾਂ ਬਾਰੇ ਕੀ ਕਰਨ। ਕਿਸ ਨੂੰ ਦੱਸਣ ਇਸ ਲਈ ਉਹ ਦੂਸਰਿਆਂ ਲਈ ਮੁਸ਼ਕਲਾਂ ਖੜੀਆਂ ਕਰਦੇ ਹਨ ਬੁੱਲਿੰਗ ਨਾਲ ਬੱਚਿਆਂ ਦਾ ਮਨ ਦੁਖ ਜਾਂਦਾ ਹੈ ਹਰ ਬੱਚੇ ਨੂੰ ਘਰ ਵਿੱਚ ਅਤੇ ਬਾਹਰ ਖੁਸ਼ ਰਹਿਣ ਦਾ ਹੱਕ ਹੈ ਅਸੀਂ ਬੁੱਲਿੰਗ ਰੋਕਣ ਜਾਂ ਘਟਾਉਣ ਲਈ ਬਹੁਤ ਕੁਝ ਕਰ ਸਕਦੇ ਹਾਂ ਕਿਸੇ ਬੁੱਲੀ ਨੂੰ ਦੂਸਰੇ ਬੱਚਿਆਂ ਨੂੰ ਤੰਗ ਕਰਨ ਦਾ ਹੱਕ ਨਹੀਂ ਸਾਨੂੰ ਤਕੜਾਂ ਦੀ ਬੁੱਲੀਸ ਘਰ ਵਿੱਚ ਤੇ ਸਕੂਲ ਵਿੱਚ ਰਿਪੋਰਟ ਕਰਨੀ ਚਾਹੀਦੀ ਹੈ ਸਾਨੂੰ ਬੁੱਲੀ ਦਾ ਕਹਿਣਾ ਮੰਨਣ ਦੀ ਜ਼ਰੂਰਤ ਨਹੀਂ ਬੁੱਲੀ ਨੂੰ ਇਗਨੋਰ ਅਣ ਦੇਖਿਆ ਕਰਨ ਦੀ ਜ਼ਰੂਰਤ ਨਹੀਂ ਸਾਨੂੰ ਸ਼ਰਮਿੰਦਾ ਹੋਣ ਦੀ ਜ਼ਰੂਰਤ ਨਹੀਂ ਸਾਨੂੰ ਉਹਨਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ ਕਿਵੇਂ ਬੁੱਲੀ ਬੱਚੇ ਉਹਨਾਂ ਬੱਚਿਆਂ ਨੂੰ ਜ਼ਿਆਦਾ ਤੰਗ ਕਰਦੇ ਹਨ ਜੋ ਕਮਜ਼ੋਰ ਨਜ਼ਰ ਆਉਂਦੇ ਹਨ ਜੋ ਝੁੱਕ ਕੇ ਤੇ ਡਰ ਕੇ ਤੁਰਦੇ ਹਨ ਜੋ ਅੱਖਾਂ ਧਰਤੀ ਵੱਲ ਰੱਖਦੇ ਹਨ ਅਤੇ ਉੱਥੇ ਤੰਗ ਕਰਦੇ ਹਨ ਜਿੱਥੇ ਕੋਈ ਵੱਡਾ ਨੇੜੇ ਨਾ ਹੋਵੇ ਤੁਸੀਂ ਕੀ ਕਰ ਸਕਦੇ ਹੋ ਜਦ ਤੁਰੋ ਤਾਂ ਸਿੱਧੇ ਹੋ ਕੇ ਤੁਰੋ ਸਿਰ ਉੱਚਾ ਮੋਢੇ ਪਿੱਛੇ ਤਣੇ ਹੋਏ ਅੱਖਾਂ ਸਿੱਧੀਆਂ ਬੁੱਲੀ ਦੀਆਂ ਅੱਖਾਂ ਵਿੱਚ ਦੇਖੋ ਪਰ ਕੋਈ ਇਸ਼ਾਰਾ ਨਾ ਕਰੋ ਸ਼ਾਂਤ ਰਹੋ ਬਿਲਕੁਲ ਘਬਰਾਓ ਨਹੀਂ ਕਿਸੇ ਥਾਂ ਤੇ ਇਕੱਲੇ ਨਾ ਜਾਓ ਬਾਥਰੂਮ ਵੀ ਕਿਸੇ ਨੂੰ ਨਾਲ ਲੈ ਕੇ ਜਾਓ ਜੇ ਹੋ ਸਕੇ ਤਾਂ ਉਹਨਾਂ ਬੱਚਿਆਂ ਨਾਲ ਦੋਸਤੀ ਕਰੋ ਜੋ ਇਕੱਲੇ ਹੁੰਦੇ ਹਨ ਸ਼ਾਇਦ ਉਹਨਾਂ ਨੂੰ ਮੇ ਬੁੱਲੀ ਤੰਗ ਕਰਦੇ ਹੋਣ ਤੁਸੀਂ ਉਹਨਾਂ ਦੀ ਮਦਦ ਵੀ ਕਰ ਸਕਦੇ ਹੋ ਤੇ ਆਪਣੇ ਲਈ ਇੱਕ ਦੋਸਤ ਜਾਂ ਸਹੇਲੀ ਵੀ ਲੱਭ ਸਕਦੇ ਹੋ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਤੁਸੀਂ ਕਿਸੇ ਤੋਂ ਕੱਟ ਨਹੀਂ ਤੇ ਕੋਈ ਤੁਹਾਡੇ ਤੋਂ ਕੱਟ ਨਹੀਂ ਸਭ ਬਰਾਬਰ ਹਨ ਠੀਕ ਹੈ ਸੋ ਥਿਸ ਇਜ਼ ਐਨ ਐਸੀਓਨ ਬੁੱਲਿੰਗ so there are 540 words in this essay it's a rather long essay theek hai je toad di reading the speed 70 words per minute hoegi ta sanno eh padan vaste 8 minute chahiye ne par assi thoda cheeti padhya tusi eh essay ek wari fir padoge te fir tusi inna prashna de jawab likhoge sanno kive pata lagda hai ke lamme wal hi bullying da karan nahi you remember ਅਸੀਂ ਇਹ ਤੇ ਪੜਿਆ ਸੀ ਕਿ ਗੋਰੇ ਬੱਚੇ ਵੀ ਕਾਲੇ ਬੱਚੇ ਵੀ ਮੋٹے ਵੀ ਛੋਟੇ ਵੀ ਲੰਮੇ ਵਾਲਾਂ ਵਾਲੇ ਵੀ ਛੋਟੇ ਵਾਲਾਂ ਵਾਲੇ ਵੀ ਕੁੜੀਆਂ ਵੀ ਮੁੰਡੇ ਵੀ ਸਭ ਨੂੰ ਟੰਗ ਕਰਦੇ ਨੇ ਲੋਕ ਰਾਈਟ ਸੋ ਇਸ ਕਰਕੇ ਸਾਨੂੰ ਪਤਾ ਹੈ ਕਿ ਸਿਰਫ ਜੂੜੇ ਵਾਲੇ ਬੱਚਿਆਂ ਨੂੰ ਹੀ ਟੰਗ ਨਹੀਂ ਕਰਦੇ ਵੀ نو ਦੈਟ ਰਾਈਟ ਤੁਸੀਂ ਬੱਚਿਆਂ ਦੀ ਆਪਣੇ ਘਰ ਦੀ ਜ਼ਿੰਦਗੀ ਬੁੱਲੀ ਬੱਚਿਆਂ ਦੀ ਆਪਣੇ ਘਰ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੁੰਦੀ ਹੈ ਅਸੀਂ ਪੜਿਆ ਸੀ ਇੱਥੇ ਕਿ ਉਹਨਾਂ ਦੇ ਘਰ ਵਿੱਚ ਖੁਸ਼ੀ ਨਹੀਂ ਹੁੰਦੀ ਉਹਨਾਂ ਦੇ ਮਾਪੇ ਤਲਾਕ ਹੋ ਜਾਂਦਾ ਹੈ ਜਾਂ ਘਰ ਦੇ ਸ਼ਰਾਬ ਪੀਂਦੇ ਹਨ ਘਰ ਦੇ ਲੜਦੇ ਰਹਿੰਦੇ ਹਨ ਸੇ ਤੁਸੀਂ ਉਹ ਗੱਲਾਂ ਇੱਥੇ ਲਿਖੋਗੇ ਬੁੱਲਿੰਗ ਰੋਕਣ ਲਈ ਜਾਂ ਘਟਾਉਣ ਲਈ ਤੁਸੀਂ ਕੀ ਕੰਮ ਕਰ ਸਕਦੇ ਹੋ ਅਸੀਂ ਇੱਥੇ ਪੜਿਆ ਸੀ ਕਿ ਬੁੱਲਿੰਗ ਘਟਾਉਣ ਲਈ ਅਸੀਂ ਕੀ ਕੰਮ ਕਰ ਸਕਦੇ ਹਾਂ ਇੱਥੇ ਹੈਗਾ ਰਾਈਟ ਕਿ ਰਿਪੋਰਟ ਕਰ ਸਕਦੇ ਆ ਅਸੀਂ ਅਮ ਜਿਹੜੇ ਬੱਚੇ ਇਕੱਲੇ ਹੁੰਦੇ ਆ ਉਹਨਾਂ ਦਾ ਸਾਥ ਦੇ ਸਕਦੇ ਆ ਇਕੱਲੇ ਨਾ ਚਾਈਏ ਸੀ ਕਿਧਰੇ ਵੀ ਤਣ ਕੇ ਟੁਰੀਏ ਠੀਕ ਤਰ੍ਹਾਂ ਤੁਰੀਏ ਅੱਖਾਂ ਉੱਚੀਆਂ ਰੱਖੀਏ ਰਾਈਟ ਸੋ ਐਨ ਆ ਵੀ ਚੰਤ ਸੀ ਕੋਈ ਵੀ ਗੱਲ ਸਕਦੇ ਆਈ ਥਿੰਕ ਸਭ ਤੋਂ ਮੋਸਟ ਇੰਪੋਰਟੈਂਟ ਹੈ ਕਿ ਉਹਨਾਂ ਦੀ ਸਾਨੂੰ ਰਿਪੋਰਟ ਕਰਨੀ ਚਾਹੀਦੀ ਹੈ ਨੈਕਸਟ ਕੁਐਸਚਨ ਇੱਕ ਗੱਲ ਕੀ ਯਾਦ ਰੱਖਣੀ ਚਾਹੀਦੀ ਹੈ ਇਹਦੇ ਵਿੱਚ ਇੱਕ ਮੈਸੇਜ ਹੈ ਇਸ ਲੈਸਨ ਦੇ ਵਿੱਚ ਕਿ ਤੁਸੀਂ ਕਿਸੇ ਤੋਂ ਘੱਟ ਨਹੀਂ ਤੇ ਤੁਹਾਡੇ ਨਾਲੋਂ ਵੀ ਕੋਈ ਘੱਟ ਨਹੀਂ ਸੋ ਅਸੀਂ ਸਭ ਬਰਾਬਰ ਹਾਂ ਰਾਈਟ ਬੁੱਲਿੰਗ ਨਾਲ ਬੱਚਿਆਂ ਦਾ ਕੀ ਨੁਕਸਾਨ ਹੁੰਦਾ ਹੈ ਸੋ ਜਿਨ੍ਹਾਂ ਬੱਚਿਆਂ ਦੀ ਬੁੱਲਿੰਗ ਹੁੰਦੀ ਹੈ ਉਹਨਾਂ ਨੂੰ ਕੀ ਪ੍ਰੋਬਲਮ ਹੁੰਦੀ ਹੈ ਕਿ ਉਹ ਉਦਾਸ ਹੋ ਜਾਂਦੇ ਨੇ ਉਹ ਸਕੂਲ ਦੇ ਵਿੱਚ ਕੰਮ ਨਹੀਂ ਕਰ ਸਕਦੇ ਉਹ ਫੋਕਸ ਨਹੀਂ ਕਰ ਸਕਦੇ ਇਹ ਤੁਸੀਂ ਗੱਲਾਂ ਆਪਣੇ ਆਪ ਵੀ ਸੋਚ ਸਕਦੇ ਹੋ ਕਿ ਜਿਹੜੇ ਬੱਚਿਆਂ ਨੂੰ ਬੁੱਲਿੰਗ ਹੁੰਦੀ ਹੈ ਉਹਨਾਂ ਨੂੰ ਕੀ ਮੁਸ਼ਕਲਾਂ ਆਉਂਦੀਆਂ ਉਹਨਾਂ ਦਾ ਕੀ ਨੁਕਸਾਨ ਹੁੰਦਾ ਸਭ ਤੋਂ ਵੱਡਾ ਨੁਕਸਾਨ ਹੁੰਦਾ ਹੈ ਕਿ ਉਹਨਾਂ ਦਾ ਪੜ੍ਹਾਈ ਵਿੱਚ ਦਿਲ ਨਹੀਂ ਲੱਗਦਾ ਇਹ ਸ਼ਬਦ ਨੇ ਥੋੜੇ ਔਕੇ ਸ਼ਬਦ ਨੇ ਪਰ ਤੁਹਾਨੂੰ ਆਗੇ ਹੋਣਗੇ ਤੁਸੀਂ ਇਹਨਾਂ ਨੂੰ ਸ਼ਬਦਾਂ ਦੇ ਮਤਲਬ ਨਾਲ ਜੋੜੋਗੇ ਹੇਠਾਂ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ ਹਰ ਅਜਿਹੇ ਸ਼ਬਦ ਨੇ ਕਾਫੀ ਕਾਮਨ ਅਸੀਂ ਵਰਤਦੇ ਹਾਂ ਬੋਲਣ ਦੇ ਵਿੱਚ ਤੇ ਤੁਸੀਂ ਜਿਹੜੇ ਪਿੱਛੇ ਵਾਕ ਲਿਖੇ ਨੇ ਇਨ੍ਹਾਂ ਸ਼ਬਦਾਂ ਨਾਲ ਉਹ ਕਾਪੀ ਕਰ ਸਕਦੇ ਹੋ ਜਾਂ ਤੁਸੀਂ ਆਪਣੇ ਵਾਕ ਬਣਾ ਸਕਦੇ ਹੋ ਠੀਕ ਹੈ ਜਿਵੇਂ ਤੁਸੀਂ ਕਹਿ ਸਕਦੇ ਹੋ ਕਿ ਮੈਨੂੰ ਬੈਂਗਣ ਬਿਲਕੁਲ ਪਸੰਦ ਨਹੀਂ ਰਾਈਟ ਕਬਰਾਓ ਨਹੀਂ ਜੇ ਕੋਈ ਮੁਸ਼ਕਲ ਆਵੇ ਤਾਂ ਕਬਰਾਓ ਨਹੀਂ ਰਾਈਟ ਸਿਰਫ ਮੈਂ ਸਿਰਫ ਪੰਜਾਬੀ ਹੀ ਨਹੀਂ ਪੜ੍ਹ ਰਹੀ ਮੈਂ ਅੰਗਰੇਜ਼ੀ ਵੀ ਪੜ੍ਹਦੀ ਹਾਂ ਰਾਈਟ ਸ਼ਾਇਦ ਸ਼ਾਇਦ ਮੈਨੂੰ ਕਦੀ ਬੁਲਿੰਗ ਦਾ ਮੁਕਾਬਲਾ ਕਰਨਾ ਪਵੇ ਤਾਂ ਮੈਂ ਇਸ ਲਈ ਤਿਆਰ ਹੋਵਾਂਗੀ ਠੀਕ ਹੈ ਸੋ ਯੂ ਕੈਨ ਯੂਜ਼ ਥਿਸ ਵਰਡਸ ਇਨ ਐਨੀ ਵੇ ਇਨ ਐਨੀ ਸੈਂਟੈਂਸਸ ਥੈਨ ਇੱਕ ਹੋਰ ਕੁਐਸਚਨ ਤੁਸੀਂ ਕਰੋਗੇ ਕਿ ਐਪ sentences ਦੇ parts ਲਿਖੇ ਹੋਏ ਨੇ ਵਾਕਾਂ ਦੇ 파ਰਟ ਇੱਕ 파ਰਟ ਇਧਰ ਹੈ ਇੱਕ 파ਰਟ ਇਧਰ ਹੈ ਤੇ ਇਹਨਾਂ ਨੂੰ ਤੁਸੀਂ ਇੱਕ ਦੂਸਰੇ ਨਾਲ ਜੋੜ ਕੇ ਪੂਰਾ ਵਾਕ ਬਣਾਣਾ ਹੈ ਬੁੱਲਿੰਗ ਬਹੁਤ ਵੱਡੀ 47% ਦੇ ਬੱਚੇ ਬੁੱਲਿੰਗ ਦਾ ਸ਼ਿਕਾਰ ਹੁੰਦੇ ਹਨ نو that doesn't make sense ਬੁੱਲਿੰਗ ਬਹੁਤ ਵੱਡੀ ਸਿਰਫ ਲੰਮੇ ਵਾਲ ਹੀ ਨਹੀਂ ਹੁੰਦੇ that doesn't make sense ਬੁੱਲਿੰਗ ਬਹੁਤ ਵੱਡੀ ਮੁਸ਼ਕਲ ਬਣ ਗਈ ਹੈ that sounds right to me right Okay, so the, you will write the complete sentence here. So this is going to help you in your reading and in your writing. And then you are going to write one journal. Um, uh, go to page eight. Let me show you where it is. And you will pick one topic, one of these topics, and you will write a journal. So a journal is usually about five sentences or more. Um, and this will help you become a better reader and a better Punjabi writer. So, this is our lesson for today. Um, this was a long lesson, but I hope you learned some good skills in it. And I will see you in the next lesson very soon. Thank you so much for working with me.